ਨੂੰ ਸਿਰਫ ਇੰਨਾ ਦੱਸ ਦਿਓ ਕਿ ਚੌਧਰੀ ਜਮਾਲ ਦਾ ਘਰ ਕਿਹਨੇ ਬਰਬਾਦ ਕੀਤਾ ਸੀ? ਉਹ ਪੁੱਤਰ ਕਮਾਲਿਆ, ਤੂੰ ਜਿਸ ਦਿਨ ਗ੍ਰਿਫਤਾਰ ਹੋਇਆ ਸਰ ਅਸੀਂ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਮੇਰੇ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਸੁਲਤਾਨ ਰਾਏ ਦੀ ਇੱਕ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਉਸ ਫਿਲਮ ਦਾ ਨਾਮ ਹੈ ਲਗਾਨ। 30 ਨਵੰਬਰ 1984 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ। ਇਸ ਫਿਲਮ ਦਾ ਮੌਜੂ ਐਕਸ਼ਨ, ਲੜਾਈ, ਮਾਰਕੁਟਾਈ, ਜ਼ਮੀਨਾਂ, ਜਾਇਦਾਦਾਂ ਤੇ ਝਗੜੇ ਤੇ ਇਸ ਕਿਸਮ ਦਾ ਇਸਦਾ ਮੌਜੂ ਹੈ। ਔਰ ਇਸ ਫਿਲਮ ਦੇ ਅਦਾਕਾਰ ਹਨ ਸੁਲਤਾਨ ਰਾਈ, ਮੁਸਤਫਾ ਕੁਰੇਸ਼ੀ, ਅੰਜਮਨ, ਸਾਵਨ, ਚੌਧਰੀ ਨੂੰ ਜਾ ਕੇ ਦੱਸ, ਅਲਿਆਸ ਕਸ਼ਮੀਰੀ, ਪਹਾੜ, ਅਸਦ ਬੁਖਾਰੀ, ਕਾਨੂੰਨ ਦੀ ਪਨਾਹ ਚਲਾ ਗਿਆ ਜਨਤੇ, ਹਦਾਇਤ ਸ਼ਾਹਿਦ ਰਾਣਾ, ਫਿਲਮ ਸਾਜ਼ ਅਬਦੁਲ ਵਹੀਦ, ਮਿਊਜ਼ਿਕ ਜ਼ੁਲਫਾਰ ਅਲੀ ਤੇ ਮੁਸੰਨਫ ਤਨਵੀਰ ਕਾਜ਼ਮੀ। ਇਸ ਫਿਲਮ ਦੇ ਅੰਦਰ ਅਦਾਕਾਰ ਅਲਿਆਸ ਕਸ਼ਮੀਰੀ ਨੇ ਹਾਸ਼ਮ ਦਾ ਕਿਰਦਾਰ ਅਦਾ ਕੀਤਾ ਹੈ। ਚੌਧਰੀ ਹਾਸ਼ਮ ਇੱਕ ਜ਼ਾਲਿਮ ਇਨਸਾਨ ਹੁੰਦਾ ਹੈ ਜਿਹੜਾ ਆਪਣੇ ਪਿਓ ਦੇ ਮਰਨ ਤੋਂ ਬਾਅਦ ਕਿਸਾਨਾਂ ਕੋਲੋਂ ਡਬਲ ਲਗਾਨ ਵਸੂਲ ਕਰਦਾ ਹੈ। ਡਬਲ ਲਗਾਨ ਵਸੂਲ ਕਰਨ ਦੇ ਚੱਕਰ ਵਿੱਚ ਉਹ ਚੌਧਰੀ ਜਮਾਲੇ ਨੂੰ ਕਤਲ ਕਰਵਾ ਦਿੰਦਾ ਹੈ। ਚੌਧਰੀ ਜਮਾਲੇ ਦੇ ਦੋ ਪੁੱਤਰ ਹੁੰਦੇ ਹਨ, ਕਮਾਲਾ ਤੇ ਜਾਲਾ। ਬਹਾਰ ਬੇਗਮ ਨੇ ਜਮਾਲੇ ਤੇ ਜਾਲੇ ਦੀ ਵਾਲਦਾ ਦਾ ਕਿਰਦਾਰ ਅਦਾ ਕੀਤਾ ਹੈ। ਕਮਾਲੇ ਦਾ ਕਿਰਦਾਰ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ। ਮੈਂ ਤੇਰੇ ਅੱਬੇ ਕੋਲੋਂ 2000 ਕਰਜ਼ਾ ਲਿੱਤਾ ਸੀ। ਜਦੋਂ ਜਮਾਲਾ ਕਤਲ ਹੋ ਜਾਂਦਾ ਹੈ ਤੇ ਉਸਦੇ ਕਤਲ ਤੋਂ ਬਾਅਦ ਕਮਾਲਾ ਚੌਧਰੀ ਹਾਸ਼ਮ ਨੂੰ ਕਤਲ ਕਰਕੇ ਜੇਲ੍ਹ ਚਲਾ ਜਾਂਦਾ ਹੈ। ਚੌਧਰੀ ਹਾਸ਼ਮ ਦਾ ਭਰਾ ਕਾਸੂ ਅਸਦ ਬੁਖਾਰੀ, ਉਹ ਕਮਾਲੇ ਦੇ ਘਰ ਆਉਂਦਾ ਹੈ ਔਰ ਆ ਕੇ ਉਹਦੀ ਮਾਂ ਨੂੰ ਜ਼ਖਮੀ ਕਰਕੇ ਔਰ ਜਾਲੇ ਨੂੰ ਆਪਣੇ ਘਰ ਲੈ ਜਾਂਦਾ ਹੈ ਔਰ ਆਪਣੇ ਘਰ ਲਿਜਾ ਕੇ ਉਹਨੂੰ ਕਤਲ ਕਰਨ ਲੱਗਦਾ ਹੈ। ਲੇਕਿਨ ਉਹਦੀ ਬੀਵੀ ਜਨਤੇ ਸੀਮਾ ਬੇਗਮ ਉਹਨੂੰ ਬਚਾ ਕੇ ਆਪਣਾ ਪੁੱਤਰ ਬਣਾ ਲੈਂਦੀ ਹੈ। ਇਸ ਤੋਂ ਬਾਅਦ ਚੌਧਰੀ ਕਾਸੂ ਦੇ ਘਰ ਵੀ ਦੋ ਪੁੱਤਰ ਹੁੰਦੇ ਹਨ ਜਿਹਦਾ ਨਾਮ ਦਿਲਾਵਰ ਤੇ ਬਹਾਦਰ ਹੁੰਦਾ ਹੈ। ਤੇਰੀ ਇਹ ਜੁਰਤ ਸਾਡੀ ਰਾਜ ਮਾਚਾ ਹੈ। ਜਾਲਾ ਵੀ ਉਸੇ ਹਵੇਲੀ ਚ ਜਵਾਨ ਹੁੰਦਾ ਹੈ, ਦਿਲਾਵਰ ਤੇ ਬਹਾਦਰ ਵੀ ਉਸੇ ਹਵੇਲੀ ਜਵਾਨ ਹੁੰਦੇ। ਨੌਕਰੀ ਕਰਨ ਤੇ ਇੱਧਰ ਕਮਾਲਾ ਜੇਲ੍ਹ ਵਿੱਚ ਹੀ ਜਵਾਨ ਹੋ ਜਾਂਦਾ ਹੈ। ਨਾਦਰੀਨ, ਇਸ ਫਿਲਮ ਦੇ ਅੰਦਰ 2-4 ਗੈਰ ਜ਼ਰੂਰੀ ਸੀਨ ਸਨ। ਮਸਲਨ, ਕਮਾਲਾ ਜੇਲ੍ਹ ਵਿੱਚ ਹੁੰਦਾ ਹੈ, ਆਮ ਮਜ਼ਦੂਰ ਜਿਸ ਤਰ੍ਹਾਂ ਕੰਮ ਕਰਨ ਜਾਂਦੇ ਨੇ ਉਹ ਜੇਲ੍ਹ ਤੋਂ ਬਾਹਰ ਜਾਂਦਾ ਹੈ, ਅੰਜਮਨ ਦੇ ਨਾਲ ਮੁਲਾਕਾਤ ਵੀ ਹੁੰਦੀ ਹੈ, ਇਸ ਦੌਰਾਨ ਉਹ ਰੇਸ ਵਿੱਚ ਵੀ ਹਿੱਸਾ ਲੈਂਦਾ ਹੈ ਜਦਕਿ ਉਹ ਜੇਲ੍ਹ ਦਾ ਕੈਦੀ ਹੁੰਦਾ ਹੈ। ਔਰ ਇਹ ਗੈਰ ਜ਼ਰੂਰੀ ਸੀਨ ਸੀ। ਉਹ ਜਦੋਂ ਕਾਸੂ ਜਿਹੜਾ ਹੁੰਦਾ ਉਹ ਜਮਾਲੇ ਨੂੰ ਕਤਲ ਕਰਨ ਆਉਂਦਾ, ਜਦੋਂ ਅਫਜ਼ਾਲ ਅਹਿਮਦ ਨੂੰ ਕਤਲ ਕਰਨ ਆਉਂਦਾ ਹੈ ਤੇ ਉਹਨੇ ਡਾਕੂਆਂ ਦਾ ਲਿਬਾਸ ਪਾਇਆ ਹੁੰਦਾ। ਹੈਰ, ਕਮਾਲਾ ਜੇਲ੍ਹ ਤੋਂ ਰਿਹਾ ਹੋ ਜਾਂਦਾ ਹੈ ਔਰ ਰਿਹਾ ਹੋ ਕੇ ਆਪਣੇ ਪਿੰਡ ਆਉਂਦਾ ਹੈ। ਇਸ ਤੋਂ ਪਹਿਲੇ ਕਮਾਲੇ ਨੂੰ ਕਤਲ ਕਰਨ ਵਾਸਤੇ ਜਾਲੇ ਨੂੰ ਚੌਧਰੀ ਕਾਸੂ ਜੇਲ੍ਹ ਵਿੱਚ ਭੇਜ ਦਿੰਦਾ ਹੈ। ਜਾਲਾ ਜੇਲ੍ਹ ਚਲਾ ਜਾਂਦਾ ਔਰ ਜੇਲ੍ਹ 'ਤੇ ਜਾ ਕੇ ਉਹ ਕਮਾਲੇ 'ਤੇ ਕਤਲਾਨਾ ਹਮਲਾ ਕਰਦਾ ਹੈ, ਲੇਕਿਨ ਉਹ ਬਚ ਜਾਂਦਾ ਹੈ। ਕਮਾਲੇ ਦੀ ਰਿਹਾਈ ਹੋ ਜਾਂਦੀ, ਉਹ ਜੇਲ੍ਹ ਤੋਂ ਬਾਹਰ ਆਉਂਦਾ ਹੈ, ਉਹਦੀ ਮੁਲਾਕਾਤ ਰੇਸ਼ਮਾ ਨਾਲ ਹੁੰਦੀ ਹੈ। ਰੇਸ਼ਮਾ ਅੰਜਮਨ ਜਿਹੜੀ ਪਹਿਲੇ ਉਸਨੂੰ ਮਿਲ ਚੁੱਕੀ ਹੁੰਦੀ ਹੈ, ਪਿਆਰ ਮੁਹੱਬਤ ਦੀਆਂ ਗੱਲਾਂ ਕਰ ਚੁੱਕੀ ਹੁੰਦੀ ਹੈ, ਉਹ ਆਪਣੇ ਪਿੰਡ ਵਾਪਸ ਆਉਂਦਾ ਹੈ, ਆ ਕੇ ਉਹ ਆਪਣੀ ਮਾਂ ਨੂੰ ਮਿਲਦਾ ਹੈ, ਲੇਕਿਨ ਉਸਦੀ ਮਾਂ ਯਾਦਾਸ਼ ਖੋ ਚੁੱਕੀ ਹੁੰਦੀ ਹੈ। ਉਹ ਬੜੀ ਕੋਸ਼ਿਸ਼ ਕਰਦਾ ਹੈ ਕਿ ਆਪਣੀ ਮਾਂ ਦੀ ਯਾਦਾਸ਼ ਵਾਪਸ ਲਿਆ ਸਕੇ। ਇਸ ਵਿੱਚ ਕੁਛ ਕਾਮੇਡੀ ਪੋਰਸ਼ਨ ਵੀ ਹਨ, ਕੁਛ ਅੱਛੇ ਗਾਣੇ ਵੀ ਹਨ। ਮੁੰਡਾ ਉੱਡ ਉੱਡ ਜਾਣਾ ਮੈਥੋਂ ਪਿਆਰ ਮੰਗਦਾ, ਇਸ ਤਰ੍ਹਾਂ ਦੇ ਇੱਕ ਦੋ ਬੜੇ ਅੱਛੇ ਹੀ ਗਾਣੇ ਹਨ ਜਿਹੜੇ ਇਸ ਫਿਲਮ ਵਿੱਚ ਹਨ। ਜਦੋਂ ਕਮਾਲਾ ਪਿੰਡ ਆਉਂਦਾ ਹੈ ਔਰ ਮਾਂ ਨੂੰ ਉਸੇ ਥਾਂ 'ਤੇ ਲੈ ਕੇ ਜਾਂਦਾ ਹੈ ਜਿਸ ਥਾਂ 'ਤੇ ਉਹਦਾ ਪਹਿਲਾ ਘਰ ਹੁੰਦਾ ਹੈ,
ਉਹਨੂੰ ਉੱਥੇ ਲੈ ਕੇ ਜਾਂਦਾ ਹੈ ਕਿ ਸ਼ਾਇਦ ਉਸਦੀ ਯਾਦਾਸ਼ ਵਾਪਸ ਆ ਜਾਏ, ਲੇਕਿਨ ਉਹਦੀ ਯਾਦਾਸ਼ ਵਾਪਸ ਨਹੀਂ ਆਉਂਦੀ। ਅਚਾਨਕ ਪਿੰਡੀ ਢੋਲ ਵੱਜਦਾ ਹੈ, ਕਾਸੂ ਕਮਾਲੇ 'ਤੇ ਹਮਲਾ ਕਰ ਦਿੰਦਾ ਹੈ। ਹਮਲੇ ਦੇ ਦੌਰਾਨ ਜਾਲਾ ਵੀ ਆਉਂਦਾ ਔਰ ਦੋਨਾਂ ਦੀ ਆਪਸ 'ਚ ਲੜਾਈ ਆਉਂਦੀ ਹੈ ਔਰ ਜਾਲੇ ਦੀ ਕਮੀਜ਼ ਫਟ ਜਾਂਦੀ ਹੈ। ਉਹਦਾ ਪੈਦਾਇਸ਼ੀ ਨਿਸ਼ਾਨ ਜਿਹੜਾ ਉਸ ਤੋਂ ਮਾਂ ਉਹਨੂੰ ਪਹਿਚਾਣ ਲੈਂਦੀ ਹੈ, ਉਸਦੀ ਯਾਦਾਸ਼ ਵਾਪਸ ਆ ਜਾਂਦੀ ਹੈ। ਕਰਜ਼ ਕੇ ਇੱਕ ਐਵਰੇਜ ਫਿਲਮ ਹੈ ਔਰ ਇਸਨੇ ਸਿਰਫ ਆਪਣੀ ਲਾਗਤ ਪੂਰੀ ਕੀਤੀ ਸੀ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ ਔਰ ਫੈਸਲਾ ਕਰ ਸਕਦੇ ਹੋ ਕਿ ਜੇ ਕੁਛ ਮੈਂ ਤੁਹਾਨੂੰ ਦੱਸਿਆ ਆਇਆ ਉਹ ਹਕੀਕਤ ਹੈ ਕਿ ਨਹੀਂ। ਅਗਰ ਤੁਹਾਨੂੰ ਮੇਰੀ ਇਹ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।